ਲੁਧਿਆਣਾ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਅਜਿਹੀਆਂ ਨੇ ਜਿਨ੍ਹਾਂ ਦਾ ਗੰਦਾ ਪਾਣੀ ਬੁੱਢੇ ਨਾਲੇ ਦੇ ਵਿੱਚ ਪੈ ਰਿਹਾ, ਜਿਸ ਕਰਕੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ। ਤਾਂ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ ਤੇ ਬਿਜਲੀ ਮਹਿਕਮੇ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। 8ਵੇਂ ਮਹੀਨੇ ਤੋਂ ਲੈ ਕੇ ਹੁਣ ਤੱਕ 117 ਕਨੈਕਸ਼ਨ ਕੱਟੇ ਗਏ ਨੇ। ਅਣਮਿੱਥੇ ਸਮੇਂ ਦੇ ਲਈ ਬਿਜਲੀ ਵਿਭਾਗ ਦੇ ਵੱਲੋਂ ਇਹ ਕਨੈਕਸ਼ਨ ਕੱਟੇ ਗਏ ਨੇ। ਤਾਂ ਲੁਧਿਆਣਾ ਦੇ ਵਿੱਚ ਪ੍ਰਦੂਸ਼ਣ ਦੇ ਵਿੱਚ ਲਗਾਤਾਰ ਇਜ਼ਾਫਾ ਕਰਨ ਵਾਲੀਆਂ ਕੱਪੜੇ ਰੰਗਣ ਵਾਲੀਆਂ ਇਹ ਫੈਕਟਰੀਆਂ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਕੀਤਾ ਗਿਆ। ਕਈਆਂ ਦੇ 6 ਮਹੀਨੇ ਤੱਕ ਅਤੇ ਕਈਆਂ ਦੇ ਅਣਮਿੱਥੇ ਸਮੇਂ ਦੇ ਲਈ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਨੇ, ਜਿਸ ਨੂੰ ਲੈ ਕੇ ਲੁਧਿਆਣਾ ਰੇਂਜ PSPCL ਦੇ ਚੀਫ ਨੇ ਕਿਹਾ ਕਿ 250 ਦੇ ਕਰੀਬ ਅਜਿਹੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਲਿਖਿਆ ਗਿਆ ਸੀ, ਜਿਸ ਨੂੰ ਆਧਾਰ ਬਣਾ ਕੇ ਬਿਜਲੀ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਇਹਨਾਂ ਦੇ ਵਿੱਚ ਜ਼ਿਆਦਾਤਰ ਉਹੀ ਫੈਕਟਰੀਆਂ ਨੇ ਜੋ ਕਿ ਬੁੱਢੇ ਨਾਲੇ ਦੇ ਵਿੱਚ ਪ੍ਰਦੂਸ਼ਣ ਫੈਲਾ ਰਹੀਆਂ ਨੇ ਜਾਂ ਫਿਰ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਨੇ। ਉਧਰ ਦੂਜੇ ਪਾਸੇ ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਚੌਹਾਨ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਵੱਲੋਂ ਕਾਰਵਾਈ ਤਾਂ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਫੈਕਟਰੀਆਂ ਦੇ ਵੱਲੋਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਹੈ, ਪਰ ਬਿਜਲੀ ਮਹਿਕਮੇ ਦੇ ਵੱਲੋਂ ਕਨੈਕਸ਼ਨ ਕੱਟਣ ਨੂੰ ਲੈ ਕੇ ਪਿਕ ਐਂਡ ਚੂਜ਼ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਕੁਝ ਦੇ ਕਨੈਕਸ਼ਨ ਕੱਟੇ ਗਏ ਨੇ ਜਦੋਂ ਕਿ ਕਈਆਂ ਦੇ ਹਾਲੇ ਵੀ ਕੱਟਨੇ ਬਾਕੀ ਨੇ। ਨੋਟਿਸ ਆਉਣ ਤੋਂ ਬਾਅਦ ਉਹਨਾਂ ਫੈਕਟਰੀਆਂ ਦੇ ਵੀ ਬਿਜਲੀ ਕਨੈਕਸ਼ਨ ਚੱਲ ਰਹੇ ਨੇ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਵਿਤਕਰੇ ਦੀ ਥਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ਾਂ ਦੇ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਹੈ। ਤੁਹਾਡੇ ਮਾਧਿਅਮ ਤੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਨਾਲ ਕੇਸ ਚੱਲ ਰਿਹਾ ਹੈ। ਮੈਂ ਪੋਲਿਊਸ਼ਨ ਬੋਰਡ ਦੇ ਅਫੀਸਰ ਸਾਹਿਬਾਨ ਨੂੰ, ਚੇਅਰਮੈਨ ਸਾਹਿਬ ਨੂੰ, ਮੈਂਬਰ ਸੈਕਟਰੀ ਸਾਹਿਬ ਨੂੰ, ਚੀਫ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜਿਹਦਾ ਆਰਡਰ ਆ ਜਾਵੇ PDA ਦੇ ਨਾਲ ਜਿਹੜਾ ਕੇਸ ਚੱਲਾ, ਜਿਹਦੇ ਕੋਈ ਆਰਡਰ ਆ ਜਾਵੇ ਕੋਰਟ ਦਾ, ਉਹਨੂੰ ਕੰਸੈਂਟ ਦਿੱਤੀ ਜਾਵੇ। ਜਿਹਦੇ ਕੋਈ ਆਰਡਰ ਹੀ ਨਹੀਂ ਹੈ, ਕੇਸ ਲਾ ਕੇ ਅਗਲਾ ਕੇਸ ਲਾਂਦਾ ਹੈ ਝੂਠਾ ਮੂਠਾ, ਕਹਿੰਦਾ ਮੇਰਾ ਤਾਂ ਕੇਸ ਚੱਲਦਾ, ਮੈਨੂੰ ਕੰਸੈਂਟ ਦੇ ਦਿਓ। ਸੋ ਮੇਰੀ ਤੁਹਾਡੇ ਮਾਧਿਅਮ ਤੋਂ ਬੇਨਤੀ ਹੈ ਪੋਲਿਊਸ਼ਨ ਬੋਰਡ ਦੇ ਅਫੀਸਰ ਸਾਹਿਬਾਨ ਨੂੰ ਕਿ ਜਿਹਦਾ ਕੋਈ ਆਰਡਰ ਆ ਜਾਵੇ ਕੋਰਟ ਵੱਲੋਂ ਉਹਦਾ ਦਿੱਤਾ ਜਾਵੇ, ਉਹਨੂੰ ਕੰਸੈਂਟ ਦਿੱਤੀ ਜਾਵੇ, ਨਹੀਂ ਕੰਸੈਂਟ ਨਾ ਦਿੱਤੀ ਜਾਵੇ ਕਿਸੇ ਨੂੰ PDA ਦੀ ਲੈਟਰ ਤੋਂ ਬਿਨਾਂ। ਉਹ ਬਿੱਲ ਵੀ ਲੈਣੇ ਹੁੰਦੇ ਆ। PDA ਨੇ ਬਹੁਤ ਕਈ ਲੋਕਾਂ ਦੇ ਮਸ਼ੀਨਾਂ ਵੀ ਐਕਸਟਰਾ ਲੱਗੀਆਂ ਹੋਈਆਂ, ਇਸ ਕਰਕੇ ਮਤਲਬ PDA ਦੀ NOC ਨਾਲ ਕੰਸੈਂਟ ਦਿੱਤੀ ਜਾਵੇ। ਬੇਨਤੀ ਹੈ ਤੁਹਾਡੇ ਮਾਧਿਅਮ ਤੋਂ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ ਤੇ ਬਿਜਲੀ ਬੋਰਡ ਵੱਲੋਂ ਕੁਝ ਟਾਈਮ ਬਾਅਦ ਕਨੈਕਸ਼ਨ ਕੱਟੇ ਜਾ ਰਹੇ ਨੇ। ਸੋ ਕੁਝ ਦੇ ਕੱਟ ਦਿੱਤੇ ਨੇ, ਕੁਝ ਦੇ ਹਾਲੇ ਕੱਟਣੇ ਬਾਕੀ ਨੇ, ਜਦੋਂ ਕਿ ਨੋਟਿਸ ਹੋ ਚੁੱਕੇ ਨੇ। ਕੀ ਲੱਗ ਰਿਹਾ ਪਿਕ ਐਂਡ ਚੂਜ਼ ਦੀ ਪਾਲਿਸੀ ਹੋ ਰਹੀ ਹੈ? ਕੀ ਕਾਰਨ ਹੈ ਇੱਕ ਮਾਤਰ ਜਿਹੜਾ ਉਹ ਕਿਉਂ ਨਹੀਂ ਕੱਟੇ ਜਾ ਰਹੇ? ਜਿਹੜੇ ਸਾਡੇ ਐਸੋਸੀਏਸ਼ਨ ਦੇ ਹੈਗੇ ਆ ਲੈਵਲ ਦੇ, ਸਾਡੇ ਕੁਝ ਮੈਂਬਰਾਂ ਦੀ ਪ੍ਰੋਬਲਮ ਸੀ, ਉਹ ਕੁਝ ਕਨੈਕਸ਼ਨ ਕੱਟਣ ਦੇ ਆਰਡਰ ਹੋਏ ਆ। ਜਿਹੜੇ ਪੁਲਿਸ ਮੋਟਰ ਕੱਟੇ ਹੈਗੇ ਆ ਉਹ ਅਨਆਥੋਰਾਈਜ਼ ਯੂਨਿਟਾਂ ਦੇ ਕਨੈਕਸ਼ਨ ਕੱਟ ਦਿੱਤੇ ਆ। ਜਿਹੜੇ ਅਨਆਥੋਰਾਈਜ਼ ਨਾ, ਉਹ ਕੋਈ ਕੰਸੈਂਟ ਨਹੀਂ ਹੈ, ਕੋਈ ਕੁਛ ਨਹੀਂ ਹੈ, ਉਹਨਾਂ ਦੇ ਯੂਨਿਟਾਂ ਦੇ ਕਨੈਕਸ਼ਨ ਕੱਟੇ ਆ। ਪੁਲਿਸ ਮੋਟਰ ਬੜਾ ਅੱਛਾ ਕੰਮ ਕੀਤਾ, ਪਰ ਇੱਕ ਮੈਂ ਤੁਹਾਡੇ ਧਿਆਨ 'ਚ ਮਾਮਲਾ ਲਿਆਉਣਾ ਚਾਹੁੰਦਾ ਕਿ ਸਾਡੇ ਇੱਥੇ ਸਾਡਾ ਮੈਂਬਰ ਹੀ ਹੈਗਾ ਕ੍ਰਿਸ਼ਨਾ ਪ੍ਰਸਾਦ। ਪੋਲਿਊਸ਼ਨ ਬੋਰਡ ਨੇ 9 ਅਕਤੂਬਰ ਨੂੰ ਲੈਟਰ ਲਿਖਤੀ ਬਿਜਲੀ ਬੋਰਡ ਦੇ ਚੀਫ ਸਾਹਿਬ ਨੂੰ, SC ਸਾਹਿਬ ਨੂੰ, 6864 ਨੰਬਰ ਲੈਟਰ, 6865 ਨੰਬਰ ਲੈਟਰ, ਜਦ ਕਿ 9 ਅਕਤੂਬਰ ਦੀ ਲਿਖੀ ਹੋਈ ਹੈ। ਅੱਜ ਹੋ ਗਈ ਹੈ 23-24 ਅਕਤੂਬਰ, 14-15 ਦਿਨ ਹੋ ਗਏ ਹੈ, ਹਜੇ ਤੱਕ ਹੀ ਉਹਦੀ ਫੈਕਟਰੀ ਚੱਲੀ ਜਾ ਰਹੀ ਹੈ। ਮੈਂ ਇਹਨਾਂ ਦੀ ਸ਼ਿਕਾਇਤ ਐਸੋਸੀਏਸ਼ਨ ਲੈਵਲ ਤੇ ਚੀਫ ਸਾਹਿਬ ਨੂੰ ਵੀ ਕੀਤੀ, SC ਸਾਹਿਬ ਨੂੰ ਵੀ ਕੀਤੀ, ਐਕਸਚੇਂਜ ਸਾਹਿਬ ਨੂੰ ਵੀ ਕੀਤੀ। ਇਹਨਾਂ ਦੀ ਮਿਲੀ ਭੁਗਤ ਨਾਲ ਇਹ ਚੱਲ ਰਹੀ ਹੈ। ਇਹਨਾਂ ਨੇ ਕਹਾ, ਇਹਨਾਂ ਦਾ ਇੱਕ ਪਾਵਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ 84 ਨੰਬਰ ਲੈਟਰ ਹੈ, ਇਹਦੇ 'ਚ ਕੋਈ ਇਹਨਾਂ ਨੇ ਰੀਡਿੰਗ ਨਹੀਂ ਭਰੀ, ਅਜੇ ਤੱਕ ਕੋਈ ਕੁਝ ਨਹੀਂ ਭਰਿਆ, ਵੀ ਫੈਕਟਰੀ ਚਲਾਈ ਜਾਂਦੇ। ਮੇਰਾ ਸਿੱਧਾ ਸਵਾਲ ਸਾਫ਼ ਹੈ ਬਿਜਲੀ ਬੋਰਡ ਨੂੰ, ਵੀ ਜਿਹੜੀ ਇਨਵਾਇਰਮੈਂਟ ਗੰਦੀ ਹੋ ਰਹੀ ਹੈ, ਇਹ 15 ਦਿਨ ਦੀ ਜਿਹੜੀ ਪਲੰਟੀ ਲੱਗਣੀ ਹੈ, ਜੁਰਮਾਨਾ ਲੱਗਣਾ ਹੈ, ਇਨਵਾਇਰਮੈਂਟ ਕੰਪਨਸੇਸ਼ਨ ਲੱਗਣੀ ਹੈ, EC ਲੱਗਣੀ ਹੈ, ਉਹ ਕੌਣ ਦਊਗਾ? ਪੋਲਿਊਸ਼ਨ ਬੋਰਡ ਦਊਗਾ, ਜਾਂ ਬਿਜਲੀ ਬੋਰਡ ਦਊਗਾ, ਜਾਂ ਇੰਡਸਟਰੀ ਦੇਗੀ? ਸਰ ਲਗਾਤਾਰ ਜਿਹੜਾ ਉਹ ਕਨੈਕਸ਼ਨ ਕੱਟਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਨੇ, ਪਰ ਲੱਗਦਾ ਵੀ ਕਿਤੇ ਨਾ ਕਿਤੇ ਅਫਸਰ ਜਿਹੜੇ ਆ ਉਹ ਪਤਾਹੀ ਵਰਤਦੇ ਨੇ। ਇਸੇ ਦੀ ਆੜ ਦੇ ਵਿੱਚ ਫੈਕਟਰੀਆਂ ਜਿਹੜੀਆਂ ਉਹ ਰਾਤ ਨੂੰ ਵੀ ਚੱਲਦੀਆਂ, ਦਿਨੇ ਵੀ ਕਈ ਵਾਰ ਚੱਲਦੀਆਂ। ਹਾਂ ਬਿਲਕੁਲ, ਬਹੁਤ ਫੈਕਟਰੀਆਂ ਤਾਂ ਹੈਗੀਆਂ ਜਿਹੜੇ ਦੇਖੋ ਪੋਲਿਊਸ਼ਨ ਬੋਰਡ ਨੇ, ਪੋਲਿਊਸ਼ਨ ਬੋਰਡ ਦਾ ਕੰਮ ਹੈ ਕਨੈਕਸ਼ਨ ਕੱਟਣਾ, ਲੈਟਰ ਦੇਣਾ, ਕਨੈਕਸ਼ਨ ਬਿਜਲੀ ਦਾ ਕੱਟਣਾ, ਬਿਜਲੀ ਨੇ PSPCL ਨੇ, ਬਿਜਲੀ ਬੋਰਡ ਨੇ, ਪਰ ਉਹ ਨਹੀਂ ਕੱਟਦੇ ਪਏ। ਅੱਜ ਮੈਂ ਮਜਬੂਰਨ, ਜਦੋਂ ਉਹਨਾਂ ਨੇ ਨਹੀਂ ਕਾਰਵਾਈ ਕੀਤੀ, ਮੈਂ ਤੁਹਾਡੇ ਮੱਧ ਦੱਸਣਾ ਚਾਹੁੰਦਾ, ਮੈਂ ਅੱਜ ਜਿਹੜਾ ਸਪੈਸ਼ਲ ਸੈਕਟਰੀ ਹੈਗੇ ਆ ਸੁਖਪਾਲ ਸਿੰਘ PCS, ਉਹਨਾਂ ਨੂੰ ਵੀ ਕੀਤੀ ਹੈ, ਸਪੈਸ਼ਲ ਸੈਕਟਰੀ ਨੂੰ ਵੀ, ਇਹਨਾਂ ਦੇ ਜਿਹੜੇ ਚੇਅਰਮੈਨ ਕਮ ਮੈਨੇਜਮੈਂਟ ਉਹਨਾਂ ਨੂੰ ਵੀ ਕੀਤੀ ਹੈ, तो मैं इन्हों अज बलदेव सिंह भी की है जी, ये बलदेव सिंह सराह है अज उन्होंने मैं मेल की है भी ये पीक एंड चूज की नीति है, जे कनैक्शन कट्टना है आउटर पोल्यूशन बोर्ड का होया तो क्यों नहीं कटिया गया। मैं अज मेल भी करती है, मैं उन्होंने फोन भी करूँगा, मेरे को नंबर भी है बलदेव जी का, उन्होंने फोन करके भी मैं व्हाट्सएप भी भेजूँगा और उन्होंने मेल भी कर चुके हैं। लुधियाना के जो इंडस्ट्री पोल्यूशन फैलाती है, जो पोल्यूशन कंट्रोल बोर्ड वालों सानू लैटर्स आते हैं इंडस्ट्री पोल्यूशन फैला रही है, वो कट्टण बारे असीं वो कट्टे जा रहे हैं। साडे इस सर्कल के पिछले तकरीबन 8वें महीने तो 10वां चल रहा हुण 52 कनैक्शन इस सर्कल के वैस्ट के 65/117 नंबर से कनैक्शन तकरीबन लगभग 2.5 महीने के पोल्यूशन कंट्रोल बोर्ड दी हिदायतों से कट्टे है। तो बिना कुछ डेयरी के कनैक्शन भी 25-26 कनैक्शन से डेयरिया के भी उन्होंने कटवाए गए थे, कट्टे हुए। सर ये परमानेंट कट्टे जाते हैं या कुछ समय लिए कट्टे जाते हैं, मोहलत दी जाती है, नोटिस जारी किए जाते हैं, ये बारे ये जिदा पोल्यूशन कंट्रोल बोर्ड की जी चिट्ठी सानू आती है, कई तो टैंपरेरी लिखा होता जो 5-6 महीने लिए भी कट्टे जाए, कई तो कोई टाइम नहीं होंगे, फिर परमानेंट ही कट्टे जाते हैं। बाद को सर्टिफिकेट लिया दोबारा भी इंडस्ट्री पोल्यूशन फ्री है, वो ਸਾਨੂੰ ਪੋਲੂਸ਼ਨ ਕੰਟਰੋਲ ਬੋਰਡ ਲਿਖ ਕੇ ਦਿੰਦਾ ਵੀ ਚਾਲੂ ਕੀਤੀ ਜਾਵੇ, ਉਹ ਫਿਰ ਚਾਲੂ ਕੀਤੀ ਜਾਂਦੇ ਆ। ਸਰ ਜ਼ਿਆਦਾਤਰ ਕਿਹੜੀ ਇੰਡਸਟਰੀ ਇਹਦੇ ਵਿੱਚ ਇਨਕਲੂਡਿਡ ਆ, ਡਾਈਂਗ ਦੇ ਨਾਲ ਕੁਝ ਹੋਰ ਟੈਕਸਟਾਈਲ ਇੰਡਸਟਰੀ ਆ ਹੋਰ ਵੀ ਹੈ, ਇਕੱਲੀ ਡਾਈਂਗ ਜ਼ਿਆਦਾ ਹੈ? ਜ਼ਿਆਦਾ ਡਾਈਂਗ ਦੀ ਹੈ ਜੀ, ਇਹ ਤਾਂ ਸਾਰੀ ਤਰ੍ਹਾਂ ਦੀ ਇੰਡਸਟਰੀ ਹੈ, ਜ਼ਿਆਦਾ ਡਾਈਂਗ ਯੂਨਿਟ ਦੇ ਇਹ ਸਾਡੇ ਕੋਲ ਆ ਰਹੇ ਨੇ। ਸਰ ਜਿਸ ਤਰ੍ਹਾਂ ਦੀ ਡੈਰੀਆਂ ਜਾਂ ਫਿਰ ਡਾਈਂਗ ਯੂਨਿਟ ਇਹ ਉਹੀ ਹੈ ਜਿਹੜੇ ਬੁੱਢੇ ਦਰਿਆ ਦੇ ਵਿੱਚ ਕੁਝ ਦੇਖੋ ਜ਼ਿਆਦਾ ਜੀ ਪੋਲੂਸ਼ਨ ਦਾ ਮੈਕਸਿਮਮ ਹੈ, ਬੁੱਢੇ ਦਰਿਆ ਨਾਲ ਸੰਬੰਧਿਤ ਹੀ ਜ਼ਿਆਦਾ ਨੇ, ਬਾਕੀ ਹੋਰ ਵੀ ਹੈਗੇ ਕਈ ਤਰ੍ਹਾਂ ਦੇ ਜ਼ਿਆਦਾ ਬੁੱਢੇ ਦਾ ਰਹਿਣਾ ਸੰਬੰਧ। ਹੁਣ ਟੋਟਲ ਕਿੰਨੇ ਕੱਟਦੇ ਜੀ ਹੁਣ ਤੱਕ? 117 ਤੁਸੀਂ ਦੱਸੋ ਤਕਰੀਬਨ ਅਸੀਂ 2.5 ਮਹੀਨਿਆਂ ਦੇ ਵਿੱਚ ਕੱਟੇ ਆ, ਬਾਕੀ ਤਾਂ ਉਹ ਕੰਟੀਨਿਊਸ ਪ੍ਰੋਸੈਸ ਆ, ਕੱਟੀ ਜਾ ਰਹੇ ਆ, ਕੋਈ ਵਿੱਚੋਂ ਆ ਜਾਂਦੀ ਕਲੀਅਰੈਂਸ ਆ ਜਾਂਦੀ ਹੈ, ਉਹ ਚਾਲੂ ਵੀ ਕਰੇ ਜਾ ਰਹੇ ਆ ਜੀ। ਸਰ ਕੁਝ ਪੈਂਡਿੰਗ ਵੀ ਪਏ ਨੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕੁਝ ਕੱਟਣ ਵੱਲੋਂ? ਹਾਂਜੀ ਪੈਂਡਿੰਗ ਤਾਂ ਇਹ ਆ ਵੀ ਜਿਹੜੇ ਕਰੰਟ ਸਾਡੇ ਕੋਲ ਲੈਟਰ ਆਉਂਦੀ ਹੈ 5-4 ਦਿਨ ਲੱਗ ਜਾਂਦੇ ਨੇ, ਮੇਰੇ ਕੋਲ ਲੈਟਰ ਆਈ ਮੈਂ ਥੱਲੇ ਭੇਜਦਾ, ਉਸ ਤੋਂ ਬਾਅਦ ਉਹਦੇ ਉੱਤੇ ਪਾਰਟੀਕੂਲਰ ਆਰਡਰ ਕੱਟੇ ਜਾਂਦੇ, 2 ਹਫ਼ਤੇ ਦਾ ਪ੍ਰੋਸੈਸ ਤਾਂ ਲੱਗ ਹੀ ਜਾਂਦਾ 5 ਦਿਨ ਤਾਂ। ਬਹੁਤ